ਉਹ ਯਾਰ ਕੀ ਕਰਦਾ ਵੀਰ ਤੂੰ मुश्किल ना आवे इस लड़ी के तहत पंजाब के उप मुख्यमंत्री ओम प्रकाश सोनी वालों सेहत अस्पताल तरन तारण विखे अचनचेत चेकिंग की। इस चेकिंग दौरान उप मुख्यमंत्री ने हस्पताल चाहे लोका दिया मुश्किलां सुनिया ते नाल ही उन्होंने हस्पताल के प्रबंधा का जायजा लिया। लोका ने उप मुख्यमंत्री नु कहा कि कुछ दवाइयां ए अंदरो हस्पताल चो दे दिंदे हन ते कुछ बाहरो लियानियां पैंदियां हन ते की फायदा जेकर दवाइयां बाहरो लैनियां पैन। जिस तो बाद उप मुख्यमंत्री सोनी ने लोका नाल हालात सुधारन का वायदा किया। ਉਹ ਯਾਰ ਕੀ ਕਰਦਾ ਵੀਰ ਤੂੰ ਅੱਜ ਮੈਂ ਤਰਨ ਤਾਰਨ ਸਿਵਲ ਹੋਸਪਿਟਲ ਜਾਬ ਚੈੱਕ ਕਰ ਰਿਹਾ ਸੋ ਮੈਂ ਵਾੜਾ 'ਚ ਵੀ ਗਿਆ ਉੱਥੇ ਪੇਸ਼ੈਂਟਾਂ ਨਾਲ ਗੱਲ ਕੀਤੀ ਹੈ ਸੋ ਮੈਂ ਪੁੱਛਿਆ ਸਾਰੇ ਪੇਸ਼ੈਂਟ ਜਿਹੜੇ ਵਾੜਾ 'ਚ ਨੇ ਕਿ ਪ੍ਰੋਪਰ ਇਲਾਜ ਹੋ ਰਿਹਾ ਮੈਡੀਸਨ ਮਿਲ ਰਹੀ ਆ ਨਹੀਂ ਮਿਲ ਰਹੀ ਸੋ ਸਾਰੇ ਨੇ ਤਸੱਲੀ ਪ੍ਰਗਟ ਕੀਤੀ ਆ ਕਿ ਸਾਨੂੰ ਮੁਸ਼ਕਿਲ ਕੋਈ ਨਹੀਂ ਪਰ ਥੋੜ੍ਹੀ ਜਿਹੀ ਹੋਸਪਿਟਲ ਦੀ ਹਾਲਾਤ ਜੋ ਬਣੇ ਨੇ ਉਹਨਾਂ ਨੂੰ ਸੁਧਾਰਨ ਦੀ ਲੋੜ ਆ ਸੋ ਮੈਂ ਇਹਨਾਂ ਨੂੰ ਕਿਹਾ ਸਵਾਦ ਸਿਵਲ ਸਰਜਨ ਉਹਨਾਂ ਦੇ ਸ਼ਾਇਦ ਕੋਈ ਘਰ ਦੀ ਮਜਬੂਰੀ ਸੀ ਉਹ ਇੱਥੇ ਮਿਲੇ ਨਹੀਂ ਮੈਨੂੰ ਸੋ ਮੈਂ ਉਹਨਾਂ ਨੂੰ ਹੁਣੇ ਸੱਦ ਲਿਆ ਸੋ ਜਿਹੜੀਆਂ ਵੀ ਇੱਥੇ ਕੋਈ ਮੁਸ਼ਕਿਲਾਂ ਨੇ ਹੋਸਪਿਟਲ ਦੀਆਂ ਉਹਨੂੰ ਇਹਨਾਂ ਨੂੰ ਆਖਿਆ ਜਲਦੀ ਹੱਲ ਕਰੋ ਮੈਂ ਦੀਪ ਸਾਹਿਬ ਦੀ ਸਪੈਸ਼ਲ ਦੀਪ ਸਾਹਿਬ ਨੂੰ ਕਿਹਾ ਹੁਣ ਦੀਪ ਸਾਹਿਬ ਆਪ ਇੱਥੇ ਆਉਣਗੇ ਕੱਲ੍ਹ ਸਾਰਾ ਆਪ ਵੇਖਣਗੇ ਇੱਥੇ ਆ ਕੇ ਸੋ ਲਿਖ ਕੇ ਭੇਜਣਗੇ ਸਾਰੀ ਰਿਪੋਰਟ ਕਰਨਾ ਸਾਰੇ ਮਰੀਜ਼ਾਂ ਨੂੰ ਉਹਨਾਂ ਕੋਈ ਮੈਨੂੰ ਪਰੇਸ਼ਾਨੀ ਦੱਸੀ ਨਹੀਂ ਪਰ ਤੁਸੀਂ ਹੁਣ ਮੈਨੂੰ ਕਿਹਾ ਇਸ ਚੀਜ਼ ਬਾਰੇ ਵੀ ਗੌਰ ਕੀਤਾ ਜਾਏਗਾ ਸੋ ਕਿਸੇ ਤਰ੍ਹਾਂ ਦੀ ਮੁਸ਼ਕਿਲ ਜਿਹੜੀ ਆ ਅਸੀਂ ਸਾਰੇ ਡਾਕਟਰ ਪੂਰੇ ਕਰ ਰਹੇ ਹਾਂ ਸਾਰੇ ਨਰਸਿਸ ਹੀ ਕਾਫੀ ਜਿਹੜੀਆਂ ਸਾਡੀਆਂ ਪੋਸਟਾਂ ਖਾਲੀ ਸੀ ਸਾਰੀਆਂ ਭਰਤੀਆਂ ਕੁਛ ਰਹਿ ਗਈਆਂ ਭਰਤੀਆਂ ਦੀਆਂ ਵੀ ਜਲਦੀ ਭਰ ਜਾਂਦੀਆਂ ਨੇ ਸੋ ਸਾਰਾ ਸਟਾਫ ਨਰਸਿਸ ਡਾਕਟਰ ਪੈਰਾ ਮੈਡੀਕਲ ਸਟਾਫ ਕਿਸੇ ਤਰ੍ਹਾਂ ਦੀ ਅਸੀਂ ਮੁਸ਼ਕਿਲ ਰਹਿ ਨਹੀਂ ਦਿੰਦੇ। ਤਰਨ ਤਾਰਨ ਤੋਂ ਬਲਜੀਤ ਸਿੰਘ ਦੀ